ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਿੱਖ ਵਰਲਡ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਲੈ ਕੇ ਚੱਲ ਰਹੇ ਹਾਂ ਟਾਰਗੇਟ ਗਵਰਨਮੈਂਟ ਜੌਬ ਅਤੇ ਅੱਜ ਤਰੀਕ 21 April 2022 ਤੇ ਸਾਡੀ ਤਾਰੀਖ ਦਾ 26 ਮਾ ਦਿਨ ਤੇ ਉਮੀਦ ਕਰਦੇ ਹਾਂ ਤੁਹਾਡੀ ਸਾਰਿਆਂ ਦੀ ਪੜ੍ਹਾਈ ਬਹੁਤ ਵਧੀਆ ਚੱਲ ਰਹੀ ਹੋਵੇਗੀ ਸਿਲੇਬਸ ਸਾਰੇ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਪੇਪਰਾਂ ਸਾਰੇ ਪੇਪਰਾਂ ਦਾ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਟਾਰਗੇਟ ਮੈਥ ਮੈਥ ਦਾ ਪਰਸੈਂਟੇਜ ਚੈਪਟਰ ਅੱਜ ਤੁਸੀਂ ਰਿਵਾਈਜ਼ ਕਰਨਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਹ ਚੈਪਟਰ ਹੈ ਉਸ ਤੋਂ ਬਾਅਦ ਇੰਗਲਿਸ਼ 10ਵੀਂ ਅਤੇ 12ਵੀਂ ਕੋਈ ਵੀ ਜਿਹੜੀ ਤੁਹਾਨੂੰ ਮਿਲਦੀ ਅਸੀਂ ਵੜ ਕੇ ਚੱਲ ਰਹੇ ਹਾਂ ਉਹ ਉਹਦੇ ਅੱਜ ਅਸੀਂ ਪੜਦੇ ਪੜਦੇ 6ਵੇਂ ਚੈਪਟਰ ਤੇ ਪਹੁੰਚ ਚੁੱਕੇ ਹਾਂ ਟੈਂਸਸ ਜਿਹੜਾ ਟੈਂਸਸ ਦਾ ਜਿਹੜਾ ਚੈਪਟਰ ਹੈ ਇਹ ਥੋੜਾ ਜਿਹਾ ਲੰਮਾ ਵੀ ਹੈ ਤੇ ਸਮਝਣ ਵਾਲਾ ਵੀ ਹੈ ਇਦੇ ਅੱਜ ਤੁਸੀਂ ਪ੍ਰੈਜ਼ੈਂਟ ਅਤੇ ਪਾਸਟ ਟੈਂਸ ਦੋ ਹੀ ਕਰਨੇ ਨੇ ਫਿਊਚਰ ਨਹੀਂ ਕਰਨਾ ਇਹ ਚੈਪਟਰ ਆਪਾਂ ਦੋ ਦਿਨਾਂ ਦੇ ਵਿੱਚ ਕੰਪਲੀਟ ਕਰਾਂਗੇ ਪਰ ਪ੍ਰੈਜ਼ੈਂਟ ਅਤੇ ਪਾਸਟ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਉਸ ਤੋਂ ਬਾਅਦ ਪੰਜਾਬੀ ਦਾ ਵਿਸਮਿਕ ਵਿਸਮਿਕ ਚਿੰਨ੍ਹ ਕਿਹੜੇ ਹੁੰਦੇ ਹਨ ਇਹਨਾਂ ਬਾਰੇ ਚੰਗੀ ਤਰ੍ਹਾਂ ਥੋੜਾ ਜਿਹਾ ਪੜ੍ਹ ਲਿਓ ਅਤੇ ਸਮਝ ਲਿਓ ਕਿੱਥੇ-ਕਿੱਥੇ ਇਹ ਯੂਜ਼ ਹੁੰਦੇ ਹਨ ਇਹਨਾਂ ਬਾਰੇ ਤੁਸੀਂ ਦੇਖ ਲਿਓ ਉਸ ਤੋਂ ਬਾਅਦ ਪੰਜਾਬ ਹਿਸਟਰੀ ਹਿਸਟਰੀ ਅਸੀਂ ਚੈਪਟਰ ਨਵਾਂ ਨਵਾਂ ਸਬਜੈਕਟ ਵਿੱਚ ਇਨਕਲੂਡ ਹੁਣ ਕਰਕੇ ਚੱਲ ਰਹੇ ਹਾਂ ਇਹਦੇ ਵਿੱਚ ਪੰਜਾਬ ਹਿਸਟਰੀ ਦਾ ਤੁਸੀਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਬਾਰੇ ਪੜ੍ਹਨਾ ਹੈ ਸਾਰਿਆਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਿਓ ਕਦੋਂ ਕਿਹੜੀ ਲੜਾਈ ਕਿੱਥੇ ਲੜੀ ਗਈ ਉਸ ਤੋਂ ਬਾਅਦ ਪੋਲੀਟੀ ਇੰਡੀਅਨ ਪੋਲੀਟੀ ਦਾ ਫੰਡਾਮੈਂਟਲ ਰਾਈਟ ਅਸੀਂ ਚੈਪਟਰ ਤੁਹਾਨੂੰ ਪਹਿਲਾਂ ਕਰਵਾਤਾ ਚੁੱਕੇ ਹਾਂ ਪਰ ਅਸੀਂ ਹੁਣ ਇੱਕ ਇੱਕ ਪਾਰਟ ਕਰਕੇ ਚੱਲਦੇ ਚੱਲ ਰਹੇ ਹਾਂ ਕਿਉਂਕਿ ਜਿਹੜੇ 22 ਸੰਵਿਧਾਨ ਦੇ ਵਿੱਚ ਜਿਹੜੇ 22 ਪਾਰਟ ਮੈਂਸ਼ਨ ਨੇ ਉਹਨਾਂ ਦੇ ਵਿੱਚੋਂ ਪਹਿਲਾ ਪਾਰਟ ਤੁਹਾਨੂੰ ਅਸੀਂ ਹੁਣ ਦੁਬਾਰਾ ਕਰਵਾਇਆ ਦੂਸਰਾ ਵੀ ਕਰਵਾਇਆ ਤੇ ਅੱਜ ਤੀਜਾ ਪਾਰਟ ਫੰਡਾਮੈਂਟਲ ਰਾਈਟ ਆਰਟੀਕਲ 12 ਤੋਂ ਲੈ ਕੇ 35 ਤੱਕ ਹੀ ਤੁਸੀਂ ਸਾਰੇ ਆਰਟੀਕਲ ਇਹ ਪੜ੍ਹਨੇ ਨੇ 14 ਤੋਂ ਲੈ ਕੇ 32 ਤੱਕ ਨਹੀਂ ਆਰਟੀਕਲ 12 ਤੋਂ ਲੈ ਕੇ 35 ਤੱਕ ਹੀ ਤੁਸੀਂ ਪੜ੍ਹਨੇ ਨੇ ਇਹ ਚੱਲਦੇ ਆ ਜੀ ਅੱਗੇ ਰੀਜ਼ਨਿੰਗ ਦਾ ਕੈਲੰਡਰ ਚੈਪਟਰ ਅੱਜ ਰਿਵਾਈਜ਼ ਕਰ ਲਿਓ ਬਹੁਤ ਇੰਪੋਰਟੈਂਟ ਹੈ ਅਤੇ ਅੱਜ ਅਸੀਂ ਤੁਹਾਨੂੰ ਟੈਲੀਗ੍ਰam ਚੈਨਲ ਤੇ ਇੱਕ ਪੀਡੀਐਫ ਪ੍ਰੋਵਾਈਡ ਕਰਵਾ ਦਾਂਗੇ ਇਹ ਫੁੱਲ ਮੋਕ ਟੈਸਟ ਹੋਏਗਾ ਤੁਸੀਂ ਅੱਜ ਇਹਨੂੰ ਸੋਲਵ ਕਰਨਾ ਹੈ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਤੁਹਾਨੂੰ ਇਹਦਾ ਜਿਹੜੀ ਆਨਸਰ ਕੀ ਹੋ ਪ੍ਰੋਵਾਈਡ ਕਰਵਾ ਦਾਂਗੇ ਤੇ ਉਹਦੇ ਵਿੱਚ ਫਿਰ ਤੁਸੀਂ ਆਪਣੇ ਮਲਾ ਕੇ ਦੇਖ ਲਿਓ ਕਿ ਤੁਹਾਡੇ ਜਿਹੜੇ ਕਿੰਨੇ ਕੁਐਸਚਨ ਠੀਕ ਹੋਏ ਤੇ ਕਿੰਨੇ ਨਹੀਂ ਜੇ ਕਿਸੇ ਨੂੰ ਕਿਸੇ ਵੀ ਕੁਐਸਚਨ ਦਾ ਕੋਈ ਡਾਊਟ ਵੀ ਹੋਇਆ ਤਾਂ ਤੁਸੀਂ ਟੈਲੀਗ੍ਰਾਮ ਚੈਨਲ ਦੇ ਉੱਪਰ ਕਮੈਂਟ ਕਰ ਦਿਓ ਜਾਂ ਉਸ ਉਸ ਕੁਐਸਚਨ ਦੀ ਫੋਟੋ ਸ਼ੇਅਰ ਕਰ ਦਿਓ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹਦੇ ਬਾਰੇ ਵੀ ਸਮਝਾਇਆ ਜਾਵੇ ਅਤੇ ਜੇ ਹੋਰ ਵੀ ਕਿਸੇ ਵੀ ਸਬਜੈਕਟ ਦੇ ਕਿਸੇ ਵੀ ਟੌਪਿਕ ਨਾਲ ਰਿਲੇਟਡ ਕੋਈ ਵੀ ਤੁਹਾਨੂੰ ਮਤਲਬ ਡਾਊਟ ਹੁੰਦਾ ਹੈ ਤਾਂ ਟੈਲੀਗ੍ਰਾਮ ਚੈਨਲ ਤੇ ਕਮੈਂਟ ਕਰ ਦਿਆ ਕਰੋ ਲਿਖ ਕੇ ਦੱਸ ਦਿਆ ਕਰੋ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਚਾਹੇ ਤਾਂ ਕੋਈ ਹੋਰ ਸੋਰਸ ਦੇਈਏ ਉਹਦੇ ਲਈ ਜਾਂ ਫਿਰ ਆਪ ਹੀ ਵੀਡੀਓ ਬਣਾ ਕੇ ਤੁਹਾਨੂੰ ਉਹਦੇ ਬਾਰੇ ਸਮਝਾ ਸਕੀਏ ਠੀਕ ਹੈ ਜੀ ਕਰਦੇ ਅੱਜ ਦੀ ਕਲਾਸ ਇੱਥੇ ਖਤਮ ਸਤਿ ਸ਼੍ਰੀ ਅਕਾਲ